رسالت نعرہ حیدری بابا دے بلند صلوات پڑھو بسم اللہ الرحمن الرحیم الحمدللہ رب العالمین الرحمن الرحیم مالک یوم الدین ایاک نعبد و ایاک نستعین اہدنا الصراط المستقیم صراط الذین انعمت علیہم غیر المغضوب علیہم ولا الضالین یا اللہ بانیان دا پر خلوص ہے تمام اپنی بارگاہ قبول فرما صلوات با آواز بلند پڑھو واتی تکلیف کرو صلوات رل کے پڑھو زیغم کچھار شجاعت دے کیتی وچ میدان انگڑائی زیغم کچھار شجاعت دے کیتی وچ میدان انگڑائی شکست سفین دی شامیاں کوں عباس نے یاد دوائی اٹھا ہر مقتول سلام کیتے آواز بطول دی آئی ذرا سنبھل کے فوج تے وار کریں کھڑا دے دئی ویر لڑائی صلوات بابا دے بلند پڑھو میں نوکری شروع کراں اعوذ باللہ السمیع العلیم من الشیطان اللین الرجیم بسم اللہ الرحمن الرحیم صلوات الحمدللہ رب العالمین صلوات چالم نشان مدینہ چون تے بشیر کیتا اعلان کرو بند بازار مدینہ دے آئی بیٹھیے فاتحہ شام کرو بند بازار مدینہ دے آئی بیٹھیے فاتحہ مختصر جا ٹائم ہے حاضری مقصد اجڑ کے والائی بھرا مرا کے والائی مدینہ تو باہر جتھا ویندی وار قیام فرمایا ہنے ایک خیمہ لگا یارہ چھانتے ایک دھپتے بشیر بن کے مدینہ اعلان کیتے جو مدینہ دے سردار اجڑ کے والائن ہر کوئی سیدہ دی ملنی واسطے ٹرپیا بھین علی اکبر دی بھی ٹرپئی اتھا آئیے جتھا علی دی عالمہ غیر مولمہ دی بیٹھی آئی سامنے آ بیٹھیے پھوپی پاک نال دو گلنا کیتی اس اجازت تے سنا دے ماں حکل مار کے آدھی بی بی کتھو پیان دے ہو میری سین کوئی جواب دیتا ہے اکبر دی بھین نہیں سنا آدھی بی بی تمہیں امیر خاندان نال تعلق رکھ دیو سے میرا میلہ چولا نہ دیکھ میرا میلہ برکہ نہ دیکھ میں بادشاہ حسین دی دھیام اس علاقے آلیاں ہی ہو جیا سونا ناما کئی دفعہ پچھا اس آدھی وات ڈسا کہن دی دیئے آدھی بادشاہ حسین نو دفعہ پچھا سی نو دفعہ ڈسا آئے آدھی تون ڈسا بی بی آدھی میں ڈسین دی بیٹھیاں شام آدھی بی بی تسا شام کیوں گیا وے آدھی رسیاں پاکے بی بی آدھی توڑا جرم آدھی بے جرم بی بی رشتہ دار کوئی نہ نیندے رائیں کربلا کس گیا ہیں آدھی بی بی تیڑا کون مارا آدھی مویا کو مارا نہیں میڑا بچہ کچھ نہیں میڑا بخت گیا تخت گیا میڑے بچڑے مارے بھانجے مارے مہمان مارے جوان مارے میڑے بھرا مارے
ਓਏ ਜਵਾਨੋ ਜਦੋਂ ਬਿਰਾਵਾਂ ਦਾ ਨਾਮ ਆਏ ਭੈਣ ਅਕਬਰ ਦੀ ਤਲੀਆਂ ਟੇਕ ਕੇ ਉੱਠੀਏ ਅਕਲ ਮਾਰ ਕੇ ਆਦੀ ਬੀਬੀ ਵੋ ਖੇਡਾ ਤਕੜਾ ਦੇ ਲਈ ਬਿਰਾ ਕੁਸ ਗਏ ਨੀ ਆਪ ਜਿੰਦੀ ਵੱਲ ਆਈਏ ਆਦੀ ਸੁਗਰਾ ਤਾਨੇ ਨੰਦੇ ਬਿਰਾਵਾਂ ਮੋਈਆਂ ਬੇਣੀ ਦੀ ਔਖੇ ਸੌਖੇ ਨੇ ਬਵੈਂਦੀ ਏ ਤੇਰਾ ਜੋ 40 ਦਰਵਾਜ਼ਾ ਬੰਦ ਥੀ ਗਏ ਤੂੰ ਵੀ ਤਾਂ ਜਿੰਦੀ ਵਧੀਏ ਆਦੀਏ ਮੈਂ ਤਾਂਗ ਤੇ ਜਿੰਦੀ ਵਧੀਆਂ ਮੈਡਾ ਅਕਬਰ ਵਲਸੀ ਮੈਂ ਬਿਰਾ ਦਾ ਪੱਲੂ ਬਣੇ ਸਾਂ ਮੇਰੀ ਸੈਣ ਦਾ ਮੂੰਹ ਕਰ ਬਲਾ ਦੇ ਪਾਸੇ ਫਿਰ ਗਏ ਅਕਲ ਮਾਰ ਕੇ ਆਦੀ ਅਕਬਰ ਲਾਲ ਜਾਂ ਭੈਣ ਪੱਲੂ ਦੀਆਂ ਤਾਂਗਾਂ ਰੱਖੀ ਵਧੀਏ ਵਾ ਤੂੰ ਪਾਸੇ ਟੁਰੀ ਜਿੱਥਾਂ ਚਾਚੀ ਬੈਠੀ ਆਏ ਚਾਚੀਆਂ ਢੇਰ ਆਏ ਕਿਹੜੀ ਚਾਚੀ ਅਲਮਾਲੇ ਦਾ ਪਾਕ ਹਰਮ ਬਜ਼ੁਰਗਾ ਆਦੀ ਬੀਬੀ ਮੈਡਾ ਸਲਾਮ ਤੇਰਾ ਕੌਣ ਮਾਰਾ ਆਦੀ ਮਾਸ਼ਕੀ ਬੀਬੀ ਆਦੀ ਦੁਆ ਮੰਗ ਚਾ ਸ਼ਾਲਾ ਮਸੂਮਾ ਦੇ ਮਾਸ਼ਕੀ ਦੋ ਖੈਰ ਹੋਵੇ ਵਾ ਤੂੰ ਥਾਈਏ ਜਿੱਥਾਂ ਅਸਗਰ ਦੀ ਮਾਂ ਚੋਲਾਹਾਂ ਨਾਲ ਲਾ ਕੇ ਰੋਂਦੇ ਬੈਠੇ ਆਏ ਆਦੀ ਬੀਬੀ ਮੈਡਾ ਸਲਾਮ ਤੇਰਾ ਕੌਣ ਮਾਰਾ ਆਦੀ ਮੋਇਆ ਕੁਮਾਰਾ ਨਹੀਂ ਮੈਡਾ ਬੱਚਾ ਕੁਝ ਨਹੀਂ ਮੈਡਾ ਬਖਤ ਗਿਆ ਮੈਡਾ ਤਖਤ ਗਿਆ ਮੈਡੇ ਬੱਚੜੇ ਨੂੰ ਇੱਕ ਨਹੀਂ ਤ੍ਰਾਏ ਦਫਾ ਕੁੱਠਾ ਨੇ ਮੇਰੀ ਧੀ ਦੇ ਦੁਰ ਲਹਾਏ ਨੇ ਮੈਂ ਸ਼ਾਮ ਦੀਆਂ ਕੈਦਾਂ ਨਿਭਾਈਆਂ ਆਦੀ ਬੀਬੀ ਗੱਲਾਂ ਤਾਂ ਮੈਡੇ ਸਜਣਾ ਵਾਲੀਆਂ ਕਰੇਂਦੇ ਹੋ ਡਸੈਂਦੇ ਕਿਉਂ ਨੀ ਵੇਖਾਉਣ ਆਦੀ ਆਲੀਆ ਬੀਬੀ ਮੰਨਾ ਫਰਮਾਈ ਬੈਠੇ ਤੂੰ ਕੁਹਾਂ ਨਾਲ ਲਾਊਆਂ ਸਜਣਾ ਦੇ ਹਾਲ ਸੁਣਾਊਆਂ ਆਦੀ ਦਾਦੀ ਅੰਮਾ ਵੱਲ ਜੁਲੂ ਇਹ ਸਾੜੀਆਂ ਕੁਝ ਨਹੀਂ ਲੱਗਦੀਆਂ ਹਰ ਗੱਲ ਦਾ ਜਵਾਬ ਰਾਤ ਚ ਬੁਲਾ ਦਿੰਦੀਆਂ ਅਕਬਰ ਦੀ ਭੈਣ ਟੁਰ ਪਈ 5.25 ਸਾਲ ਦਾ ਸਨ ਇਮਾਮ ਮੁਹੰਮਦ ਬਾਕਿਰ ਅਲੈ ਸਲਾਮ ਦਾ ਦਾਦੀ ਆਲੀ ਦੀ ਝੋਲੀ ਚ ਬਹਿ ਕੇ ਸਾਰਾ ਰੰਗੜੇ ਦਰੀਏ ਜੈਲੇ ਫੁੱਫੀ ਨੂੰ ਵੱਲਦਾ ਡਿੱਠਾ ਸੀ ਬਾਕਿਰ ਇਮਾਮ ਦਾਦੀ ਆਲੀ ਦੀ ਝੋਲੀ ਛੋੜੀਏ ਅਕਲ ਮਾਰ ਕੇ ਆਦੇ ਦਾਦੀ ਚੋਖਰ ਵਾਵਣਈ ਮੇਰੀ ਫੁੱਫੀ ਰੋਂਦੀ ਹੋਈ ਵੱਲੀ ਵਹਿੰਦੀ ਏ ਸੋਹਣਾ ਬੱਚੜਾ ਬੈਠਾ ਕਿਉਂ ਏ ਵੰਜ ਫੁੱਫੀ ਨੂੰ ਗਿੰਨਾ ਬਾਕਿਰ ਇਮਾਮ ਦੌੜ ਕੇ ਆਏ ਨੂੰ ਫੁੱਫੀ ਦੇ ਦਾਮਾ ਨੇ ਚ ਹੱਥ ਪਾਇਆ ਏ ਅਕਲ ਮਾਰ ਕੇ ਆਦੀ ਕੌਣ ਏ ਮੇਰੇ ਦਾਮਾ ਨੇ ਚ ਹੱਥ ਪਾਵਣ ਆਲਾ ਸੁਜਾਣ ਮੈਂ ਗਾਦੀ ਦੀ ਭਤੀਜੀਆਂ ਸਯਾਦਾ ਦੇ ਝਿਣਕਨ ਨੇ ਮੈਂ ਡੋਡੇਖ ਮੈਂ ਮੁਹੰਮਦ ਬਾਕਿਰ ਆਂ ਬੀਬੀ ਆਦੀ ਜ਼ਿੰਦਗੀ ਦਰਾਦ ਉਹ ਵੀ ਕਿਹੜਾ ਬਾਕਿਰ ਏ ਆਦੇ ਤੇਰੇ ਬਿਰਾ ਸਜਾਦ ਦਾ ਪੁੱਤਰਾ ਬੀਬੀ ਆਦੀ ਬਾਬਾ ਕਿਨ ਗਈ ਆਦੇ ਤੜੇ ਰਾਤ ਰਤ ਵਦਰ ਹੁੰਦਾ ਏ ਆਦੀ ਉਜੜ ਗਈਆਂ ਭਾਵੇਂ ਬਿਰਾ ਤੂੰ ਪਰਦੇ ਕਰਾ ਅੱਲਾ ਲਾਨਤੁੱਲਾ ਹੈ ਤਬਰਕਨ ਸੂਰਤ ਫਾਤਮਾ ਬਿਸਮਿਲਲਾਹ ਸਲਵਾਤ ਪਰੋਸਾ ਦੀ ਜਾਤ 'ਤੇ ਅਗਰ ਤਕਲੀਫ ਨਾ ਸਮਝੋ ਜ਼ਬਾਨੀ ਦੀ ਮਕਬੂਲੀਅਤ ਵਾਸਤੇ ਇੱਕ ਸਲਵਾਤ ਪੜ੍ਹ ਲਓ ਸਲਵਾਤ ਦਾ ਮਨ ਹੈ ਰਹਿਮਤ ਕੀ ਦੁਆ ਪਾਕਾਂ ਦੇ ਰੂਹ ਮੌਜੂਦ ਹਨ ਜਿੱਥਾਂ ਪਾਕਾਂ ਦੀ ਪੂਰੀ ਵਿਸ਼ਤੀ ਹੈ ਨਾ ਆਲੀਆ ਸੈਨ ਇਸਤਕਬਾਲ ਵਾਲੇ ਪਹਿਲੇ ਪਹੁੰਚ ਪੈਂਦੀ ਹੈ ਬੜਾ ਪਾਕ ਮਕਾਮ ਹੈ ਬੜਾ ਪਾਕ ਦਰਬਾਰ ਹੈ ਨਾਰਾਏ ਤਕਬੀਰ ਜਿਸ ਤਰ੍ਹਾਂ ਖਾਲਿਕ ਅਕਬਰ ਜਨਾ ਬੁਲੰਦੀ ਨਾਰਾਏ ਤਕਬੀਰ ਨਾਰਾਏ ਰਿਸਾਲਾਤ ਨਾਰਾਏ ਰਿਸਾਲਾਤ ਨਾਰਾਏ ਹੈਦਰੀ ਦੂਜੇ ਵਾਰੀ ਨਾਰਾਏ ਹੈਦਰੀ ਤੀਜੇ ਵਾਰੀ ਨਾਰਾਏ ਹੈਦਰੀ ਚੌਥੇ ਵਾਰੀ ਨਾਰਾਏ ਹੈਦਰੀ ਪੰਜਵੇਂ ਵਾਰੀ ਨਾਰਾਏ ਹੈਦਰੀ ਇਹ ਭਾਈ ਨਾਰੇ ਮੈਂ ਇਸ ਤੂੰ ਪੂਰੇ ਕੀਤੇ ਨਹੀਂ ਜੇ ਤੁਸੀਂ ਆਪ ਤਾਂ ਮਰਿੰਦੇ ਨਾ ਪਰ ਮੈਂ ਆਖਿਆ ਹੁਣ ਮੈਂ ਆਪ ਮਰਵੈਨਾ ਨਾਰਾ ਤਕਬੀਰ ਦਾ ਮਾਨ ਹੈ ਲਾ ਇਲਾਹਾ ਇਲੱਲਾਹ ਨਾਰਾ ਰਿਸਾਲਤ ਦਾ ਮਾਨ ਹੈ ਯਾ ਰਸੂਲ ਅੱਲਾਹ ਨਾਰਾ ਹੈਦਰੀ ਦਾ ਮਾਨ ਹੈ ਅਲੀਯਨ ਵਲੀਉੱਲਾ ਅਲੀਯਨ ਵਲੀਉੱਲਾ ਜਿਹੜਾ ਸੋਮਨ ਦਾ ਸ਼ਨਾਖਤੀ ਕਾਰਡ ਹੈ ਸਲਵਾਤ ਪੜੋਸਾ ਇਜ਼ਾਦ 'ਤੇ ਯੇ ਮਾਹ ਮੁਹਰਮ ਦੁਨੀਆ ਮੇ ਹਰ ਸਾਲ ਮਨਾਇਆ ਜਾਤਾ ਹੈ
ये माह मुहर्रम दुनिया में हर साल मनाया जाता है। हुसैन मजलूम पिता गुजरी दुनिया को बताया जाता है। मुमकिन नहीं किसी से अदावत हुसैन की, सांसों में बट रही है सखावत हुसैन की। बाजार के हजूम से कैदो के चुप रहे, कुरान कर रहा है तिलावत हुसैन की। ऐ कलमगो बता हुआ कारसाज कौन, गुजरा है बरछियों में इबादत नवाज कौन। मस्जिद के सामने तुझे मातम है ना गवार, देते नसर हुसैन तो पढ़ता नमाज कौन। सरवात पड़ोसा इजाद दे तो जंग खैबर दा मैदान उनताली डी गुजर गया डी हेक रह गया तो खैबर फतेह कोई ना होया। नबी अलैहिस्सलाम ने इल्तिजा की तीर शाद कुदरत सड अपने भरा अली नू, मुहम्मद ने बुलाया कि अली खैबर के मैदान च आया कि मरब ने जासूस तैयार किया वन के मैदान खैबर की पोजिशन दस। अज कौन जवान आए उस ना के ओ बहादुर कितने के तो उसको हथियार केड़ा है जिसने उन्हें तैयार की तो उस गरीब की जबान लुकनत के लिए यानी कि जबान चिच रहा थथ रहा अड़दा। मैदान खैबर गया अली इस्लाम की आमद देख के गरीब सड़क का टिकमदा वापस आ गया। मरब आखा जल्दी वाले आखन लगा दसैना जो जवान ना जाए ना वो जब तक ना ही दसैना वो बहादुर कितने के वह भी दसैना तो जो उसको हथियार है वह भी दसैना। अमूमन तुम्हें पता चिचरा बंदा पानी मकसी कर सी पपा 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 पानी ये हूँ जो मैदान खैबर के भी जवान आए ना वो चिचरा बंदा तारफ से करें दे आदे मदनी जवान मामा मंगवा या ककाले खैबर की रादन आदे मदनी जवान मामा मंगवा जा ककाले खैबर की रादन दद दस गुजा दद दस कमरत जज जंगी जी तौकी रादन आदे बाबा बुत चकन लला इल्ला काबे है दर तटका ही दस्त कदी रादन नन नूर दवा चमकार दिखा कक कुदरत दी तस्वीर रादन। अल्लाह ताला जे उस हुसन दिता उसकी खूबसूरती अंदाज ही कोई नहीं। अली इस्लाम ने जिले म्यान की दरबार कड़ी ने छोले चंगारे ते बा उठी आदे चच चलती जडा बाबा बा बलदी शोर किताबीर अपनी तरफों तारीफ से शुरू कर दी है उन्होंने मतलब को ख्याल है और के करना चाहिए। आखिर लगा मैं तू पूछ दो ना मामा मैं तो कलमा पढ़ता हाँ तुस इस्लाम कबूल करो तो भावे न करो मैं तो करें ही करेना आप मामा मैं तो कलमा पढ़ता हाँ मुसलमान का उकू पीरा दिन तो तुम भी सारे कलमा पढ़ो उकू मालिक खुम गदीरा दिन अली जी मदहद गीत गावा तेरा जी रूपर वहाव हो अली तो बन के नकई तो बनता तो तंग क्यों से खुशाब हो अली तो बन के गुजार बनता सवाब बेहद शुमार होए कबर की मिट्टी हया करे सीज पेशवा बूतराब होए। नारा सुनाओ हैदर करा के नामदार हूँ गल मेरी याद आ गई है तुम चुप की बैठे पर मैं सिर्फ पुछ करने वास्ते सुनना तो मैं कसीदा पढ़ना हाँ जी पठान लई बता कैमरा हूँ गल मेरी गौर ना सुनया अगू एक जट खलोता उस आखे भाई ये कि शह उस आखे भाई मेरे को कैमरा उस आखे भाई के करें उस आखे इस नाल मैं बंदे की फोटो छिकेना उस आखे एक फोटो छिके तो कितने पैसे लेना उस आखे मैं रुपया पजा लेना उस आखे मेरे ही छिकेना उस आखे मैं तेरे ही छिकेना उस आखे गल इंजी पजा दी जा तो मैं तेरे रुपया सौ देसा मैं दिल का कमजोर हूँ इतनी मेहरबानी करें फोटो छिकेना मन पीड़ न करें। शुरुआत पढ़ो सही रात أعوذ بالله من الشيطان الرجيم سربات بروس عيلاتي ओ बिस्मिल्लाहिर रहमान रहीम शुरुआत पढ़ो सही रात अल्हम्दुलिल्लाह रब्बिल आलमीन शुरुआत पढ़ो मेरा
ਜੀ ਲੰਬੀ ਆਏ ਵਰ ਮੁਰਸਲੀ ਸ਼ਰਵਾਤ ਪ੍ਰਭੂ ਸਾਈ ਰਾਤੇ ਮਲੀ ਰਹੀ ਵਖਲੀ ਪਤਾ ਬਬਨਮ ਦਾਨੇ ਵਸਤੂ ਲਗਿਆਨੇ ਕਾਲੇ ਬਲਾ ਕੁੱਲੇ ਖਾਲੇ ਮਮੀਰ ਮੂਮੀ ਹੁਣ ਨਾਰਾ ਸੁਣਾਇਆ ਦੇ ਕਰਾਰ ਦੇ ਨਾਮ ਦਾ ਆਦਤ ਮੌਲਾ ਅਲੀ ਕੇ ਪਿਆਰ ਕੋ ਦਿਲ ਮੇ ਬਜਾ ਕੇ ਹੱਦੇ ਜੰਨਤ ਕਾ ਨਜ਼ਾਰਾ ਮਾਤਮ ਮੇ ਆ ਕੇ ਚੂਮੇ ਕੇ ਤੇਰੇ ਯਾਦ ਫਰਿਸ਼ਤੇ ਬੀ ਕਬਰ ਮੇ ਦੁਨੀਆ ਮੇ ਬਾਰ ਅਲਮ ਕੋ ਉਠਾ ਕੇ ਨਾਰਾ ਹੈਦਰੀ ਅਲੀ 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 ਝੁਕ ਵਣੇ ਜਲੀ ਦੇ ਦਰਦੇ ਬਣਨਾ ਨਦਾਨੇ ਮੁਸ਼ਕਿਲ ਟਾਲ ਦੇਸੀ ਕਿਉਂ ਤੂੰ ਪਰੇਸ਼ਾਨ ਕਿਉਂ ਤੂੰ ਪਰੇਸ਼ਾਨ ਝੁਕ ਵਣੇ ਅਲੀ ਦੇ ਦਰਦੇ ਬਣਨਾ ਨਦਾਨੇ ਮੁਸ਼ਕਿਲ ਟਾਲ ਦੇਸੀ ਕਿਉਂ ਤੂੰ ਪਰੇਸ਼ਾਨ ਕਿਉਂ ਤੂੰ ਪਰੇਸ਼ਾਨ ਨਾਰਾ ਹੈਦਰੀ ਆਦਤ ਪਿਆ ਬੁਗਜ ਹੈਦਰ ਕੇ ਲਿਬਾਦੇ ਮੇਂ ਜੋ ਡਲ ਜਾਤਾ ਹੈ ਉਸਕੀ ਕਿਸਮਤ ਸੇ ਸੁਖ ਚੈਨ ਨਿਕਲ ਜਾਤਾ ਹੈ ਜਾਫਰੀ ਮੇਰਾ ਕੀਤਾ ਹੈ ਜਾ ਦੁਸ਼ਮਨ ਅਲੀ ਕਾ ਪਾਉ ਫੂਲੋ ਪੇ ਵੀ ਰਖਤਾ ਰਹੇ ਤੂੰ ਜਲ ਜਾਤ ਨਾਰਾ ਹੈਦਰੀ ਅਦਬਾ ਨਾਦ ਅਲੀ ਮੈਂ ਪੜਨਾ ਮੇਰਾ ਇਹ ਵਜ਼ੀਫਾ ਹੈ ਜਦੋਂ ਵੀ ਕਯੋ ਕੀ ਬਣ ਜਾਏ ਮੇਰਾ ਜੇ ਅਕੀਦਾ ਹੈ ਨਾਦ ਅਲੀ ਮੈਂ ਪੜਨਾ ਮੇਰਾ ਇਹ ਵਜ਼ੀਫਾ ਹੈ ਜਦੋਂ ਵੀ ਕੋਈ ਔਖੀ ਬਣ ਜਾਏ ਮੇਰਾ ਜੇ ਕਿਦਾਏ ਖੌਫ ਕਬਰ ਦਾ ਕੋਈ ਨਹੀਂ ਅਲੀ ਨੇ ਗਿਬਾਨੇ ਹੁਣ ਤੂੰ ਹੈਰਾਨ ਕਿਉਂ ਪਰੇਸ਼ਾਨ ਕਿਉਂ ਪਰੇਸ਼ਾਨ ਨਾਰਾ ਹੈਦਰੀ ਆਦਤ ਦਾਮਨ ਅਕਲ ਕੋ ਜੋ ਚਾਕ ਕਰ ਨਹੀਂ ਸਕਦਾ ਵੋ ਕਭੀ ਨੂਰ ਕੇ ਗਰਾ ਕਰ ਨਹੀਂ ਸਕਦਾ ਮੁਗਲ ਹੈ ਦਰ ਕੀ ਨਿਜਾਤ ਅਬੇ ਜ਼ਮਜ਼ਮ ਜਿਸੇ ਪਾਕ ਕਰ ਨਹੀਂ ਸਕਦਾ ਨਾਰਾ ਹੈਦਰੀ ਉਹ ਨਾਦ ਅਲੀ ਮੈਂ ਪੜਨਾ ਮੇਰਾ ਇਹ ਵਜ਼ੀਫਾ ਹੈ ਜਦੋਂ ਵੀ ਕੋਈ ਔਖੀ ਬਣ ਜਾਏ ਮੇਰਾ ਇਹ ਅਕੀਦਾ ਹੈ ਖੌਫ ਕਬਰ ਦਾ ਕੋਈ ਨਹੀਂ ਅਲੀ ਨੇ ਜਬਾਨੀ ਹੁਣ ਤੂੰ ਹੈਰਾਨ ਕਿਉਂ ਪਰੇਸ਼ਾਨ ਕਿਉਂ ਪਰੇਸ਼ਾਨ ਅਦਬ ਨਿਮਾਸ ਬੋਦੀ ਹੋ ਪੜ ਕੇ ਯਾਦ ਸੱਜਿਆ ਕੋਲ ਬੁਲਾਏ ਹੱਥ ਨੱਬੇ ਬਾਗਾ ਦੇਖ ਮਰੇ ਦਾ ਬੇਟਾ ਗਾਗ ਤੇ ਚੱਲ ਰਹਾ ਨਾ ਤੂੰ ਉਸੇ ਨਾ ਮੈਂ ਉਸਾ ਮੈਂ ਗੁਡਲੇ ਬਾਰੇ ਬਿਰਾਏ ਡਲ ਡੁਬੈਲੇ ਜੰਗ ਮੁੱਕ ਵੈਸੀ ਕਿਨ ਵੈਸੀ ਆਉਣ ਦੀ ਆਖਿਰ ਵੇਲੇ ਯਾਰ ਕੋਈ ਆਪਣੇ ਸੱਜਣੇ ਨੂੰ ਯਾਦ ਕਹਿੰਦੇ ਮੁਸ਼ਕਿਲ ਦੇ ਵਕਤ
मैं तेरे को यह गल पूछना चाहे उस सलाम से मुश्किल बनी है उन्हें भी किसी ने याद किया या कोई ना अद मैं लथे वस्ती के गोली तू बिच मे प्यो दुरागा सारी दुनिया दया बकरे कौन रखा मदी मैं भगती नहीं हम नहीं बचे दायत बुरका आन दी बने नारे तकबीर नारे रिसालत कुल्ले में यकजुबा नारे हैदरी बवाज़े बुलंद सलावात। जनाब के सामने